आर यू ऑल्सो सफरिंग विद वाइट डिस्चार्ज? ਸਾਨੂੰ ਵਾਈਟ ਡਿਸਚਾਰਜ ਕਿਉਂ ਹੁੰਦਾ? ਅਕਸਰ ਦੇਖਣ ਵਿੱਚ ਆਇਆ ਕਿ 10 ਵਿੱਚ 9 ਫੀਮੇਲਸ ਨੂੰ ਵਾਈਟ ਡਿਸਚਾਰਜ ਦੀ ਲਿਕੋਰੀਆ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ। ਜਾਂ ਤਾਂ ਅਸੀਂ ਦਵਾਈਆਂ ਬਹੁਤ ਜ਼ਿਆਦਾ ਖਾਂਦੇ ਹਾਂ, ਜਾਂ ਫਿਰ ਸਾਨੂੰ ਡਾਇਬੀਟੀਜ਼ ਹੋ ਸਕਦੀ ਹੈ, ਜਾਂ ਫਿਰ ਪ੍ਰੈਗਨੈਂਸੀ ਦੇ ਵਿੱਚ ਹੁੰਦਾ ਹੈ। ਬਟ ਜਿਹੜਾ ਇਹਦਾ ਮੋਸਟ ਇੰਪੋਰਟੈਂਟ ਰੀਜ਼ਨ ਹੁੰਦਾ ਹੁੰਦਾ ਇਮੋਸ਼ਨਲ ਸਟ੍ਰੈਸ। ਜਦੋਂ ਵੀ ਅਸੀਂ ਕਿਸੇ ਇਮੋਸ਼ਨਲ ਸਟ੍ਰੈਸ ਵਿੱਚੋਂ ਗੁਜ਼ਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੀ ਓਵਰੀ, ਸਾਡੀ ਜਿਹੜੀ ਯੂਟਰਸ ਹੁੰਦੀ ਹੈ ਉਹ ਇਫੈਕਟ ਹੁੰਦੀ ਹੈ, ਜਿਹਦੇ ਕਰਕੇ ਸਾਨੂੰ ਵਾਈਟ ਡਿਸਚਾਰਜ ਦੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਇਚਿੰਗ ਹੁੰਦੀ ਹੈ, ਬਰਨਿੰਗ ਹੁੰਦੀ ਹੈ, ਈਵਨ ਕਿ ਅਸੀਂ ਆਪਣੇ ਪਾਰਟਨਰ ਦੇ ਨਾਲ ਵੀ ਰਿਲੇਸ਼ਨ ਨਹੀਂ ਬਣਾ ਸਕਦੇ, ਨਾ ਹੀ ਅਸੀਂ ਕਿਤੇ ਬਾਹਰ ਕੰਫਰਟੇਬਲੀ ਜਾ ਸਕਦੇ ਹਾਂ। ਅਗਰ ਤੁਹਾਨੂੰ ਵੀ 4 ਦਿਨਾਂ ਤੋਂ ਵੱਧ ਵਾਈਟ ਡਿਸਚਾਰਜ, ਬਰਨਿੰਗ, ਇਚਿੰਗ ਦੀ ਪ੍ਰੋਬਲਮ ਹੈ ਤਾਂ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਤੁਹਾਨੂੰ ਕਿਹੜੇ ਕਲਰ ਦਾ ਵਾਈਟ ਡਿਸਚਾਰਜ ਆਉਂਦਾ ਹੈ, ਵਾਈਟ, ਆਫ ਵਾਈਟ, ਗ੍ਰੇ, ਬਰਾਊਨ, ਸੋ ਦੈਟ ਮੈਂ ਤੁਹਾਨੂੰ ਦੱਸ ਸਕਾਂਗੀ ਤੁਹਾਡਾ ਜਿਹੜਾ ਇਹ ਪ੍ਰੋਬਲਮ ਹੈ ਕਿਸ ਸਟੇਜ ਤੇ ਪਹੁੰਚ ਗਈ ਹੈ। ਅੱਜ ਹੀ ਆਪਣੀ ਡਾਇਟ ਨੂੰ ਚੇਂਜ ਕਰੋ, ਨੈਚੁਰਲ ਚੀਜ਼ਾਂ ਖਾਓ। ਦਵਾਈ ਦੇ ਨਾਲ ਕਦੇ ਵੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਹਮੇਸ਼ਾ ਲਈ ਠੀਕ ਨਹੀਂ ਹੋ ਸਕਦੀ। ਰੋ ਵੈਜੀਟੇਬਲਸ ਲਓ, ਫਰੈਸ਼ ਫਰੂਟ ਲਓ, ਰੰਗ ਬਿਰੰਗੀਆਂ ਸਬਜ਼ੀਆਂ ਆਪਣੀ ਡਾਇਟ ਵਿੱਚ ਐਡ ਕਰੋ, ਔਰ ਤੁਸੀਂ ਦੇਖੋਗੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਤੁਹਾਡੀ ਵਾਈਟ ਡਿਸਚਾਰਜ ਦੀ ਪ੍ਰੋਬਲਮ ਹਮੇਸ਼ਾ ਲਈ ਖਤਮ ਹੋ ਜਾਏਗੀ।